ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਵੱਲੋਂ ਮਾਸਕ ਨਾ ਪਾਉਣ ਦੀ ਸ਼ਿਕਾਇਤ ਨੂੰ ਲੈ ਕੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਨਵੀਂ ਸਬਜ਼ੀ ਮੰਡੀ ਵਿਖੇ ਮਾਸਕ ਨਾ ਪਾਉਣ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਗਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਟ੍ਰੈਫਿਕ ਪੁਲਿਸ ਇੰਚਾਰਜ ਕਰਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਮੰਡੀ 'ਚੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਇੱਥੇ ਨਾ ਤਾਂ ਸਮਾਨ ਵੇਚਣ ਵਾਲੇ ਵੱਲੋਂ ਮਾਸਕ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਨਾ ਹੀ ਖਰੀਦਦਾਰ ਵੱਲੋਂ, ਜਿਸ 'ਤੇ ਕਾਰਵਾਈ ਕਰਦਿਆਂ ਹੋਏ ਅੱਜ ਉਹਨਾਂ ਵੱਲੋਂ ਮਾਸਕ ਨਾ ਪਾਉਣ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਗਏ ਨੇ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਭਵਿੱਖ 'ਚ ਵੀ ਸ਼ਿਕਾਇਤਾਂ ਮਿਲੀਆਂ ਤਾਂ ਉਹਨਾਂ ਵੱਲੋਂ ਦੁਬਾਰਾ ਇਹ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਅਤੇ ਕਿਸੇ ਨੂੰ ਵੀ ਮੁਆਫ਼ ਨਹੀਂ ਕੀਤਾ ਜਾਵੇਗਾ। ਹੁਸ਼ਿਆਰਪੁਰ ਤੋਂ ਚੇਤਨ ਕਸ਼ਯਪ ਦੀ ਰਿਪੋਰਟ। ਸਾਨੂੰ ਕੋਈ 7 ਵਜੇ ਦੇ ਕਰੀਬ ਸ਼ਿਕਾਇਤ ਮਿਲੀ ਕਿ ਸਰ ਮੰਡੀ ਤੁਸੀਂ ਰਹੀਮਪੁਰ ਮੱਛੀ ਮਾਰਕੀਟ ਜਾਂ ਹੋਰ ਤੁਸੀਂ ਉੱਧਰ ਚਲਾਨ ਕੱਢਦੇ ਹੋ ਲੋਕਾਂ ਦੇ ਅਤੇ ਸਬਜ਼ੀ ਮੰਡੀ ਆਓ ਤੁਰੰਤ ਫਿਰ। 7 ਵਜੇ ਸਾਨੂੰ ਫੋਨ ਆਇਆ, ਉਸ ਤੋਂ ਬਾਅਦ ਆਪਾਂ ਤੁਰੰਤ ਕੋਈ 7:15 ਵਜੇ ਚਲ ਗਏ। ਆਪਾਂ ਦੇਖਿਆ ਵੀ ਕਾਫੀ ਲੋਕਾਂ ਨੇ ਮਾਸਕ ਨਹੀਂ ਪਾਏ ਸੀ, ਵਿੱਚ ਲੋਕਾਂ ਨੇ ਪਾਏ ਵੀ ਸੀਗੇ, ਉਹਨਾਂ ਦੇ ਫਿਰ ਆਪਾਂ ਚਲਾਨ ਕੱਟੇ। ਔਰ ਲੋਕ ਇਹੀ ਕਹਿ ਰਹੇ ਸੀਗੇ ਵੀ ਗਰਮੀ ਬੜੀ ਹੈਗੀ, ਸਾਡਾ ਨਾ ਮੂੰਹ ਦਮ ਘੁੱਟਦਾ ਹੈ। ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਡਾਕਟਰ ਸਾਹਿਬ ਵਿਚਾਰੇ ਭਗਵਾਨ ਦਾ ਰੂਪ ਡਾਕਟਰ ਹੁੰਦੇ, ਉਹ 24 ਘੰਟੇ ਮਾਸਕ ਪਾ ਕੇ ਰੱਖਦੇ ਆ। ਤੁਸੀਂ ਦੇਖ ਲਓ ਸਵੇਰੇ ਡਾਕਟਰ ਜਾਂਦੇ ਔਰ ਸ਼ਾਮ ਤੱਕ ਜਿੰਨੇ ਚਿਰ ਤੱਕ ਉਹਨਾਂ ਦੀ ਡਿਊਟੀ ਖਤਮ ਨਹੀਂ ਹੁੰਦੀ ਉਹ ਮਾਸਕ ਪਾ ਕੇ ਰੱਖਦੇ ਨੇ, ਇੱਕ ਵੀ ਸੈਕਿੰਡ ਉਹ ਮਾਸਕ ਨਹੀਂ ਲਾਉਂਦੇ। ਅਤੇ ਅਸੀਂ ਆਪਣੇ ਵਾਸਤੇ ਵੀ ਨਹੀਂ ਕਰ ਸਕਦੇ, ਡਾਕਟਰ ਸਾਹਿਬ ਤਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ, ਆਪਾਂ ਆਪਣੇ ਵਾਸਤੇ ਹੀ ਕਰਨਾ ਹੈ। ਔਰ ਵਾਕਿਆ ਮੰਡੀ ਦੇ ਵਿੱਚ ਰਸ਼ ਜ਼ਿਆਦਾ ਹੁੰਦਾ ਹੈ, ਰੱਬ ਨਾ ਕਰੇ ਕੋਈ ਮਹਾਂਮਾਰੀ 'ਤੇ ਕੋਈ ਇੱਕ ਅੱਧੇ ਬੰਦੇ ਨੂੰ ਹੋ ਗਿਆ ਹੀ ਤਾਂ ਸਾਹਮਣਾ ਮੁਸ਼ਕਿਲ ਹੋ ਜਾਊਗਾ। ਅਤੇ ਇਸ ਕਰਕੇ ਆਪਾਂ ਦੌਰਾ ਕੀਤਾ ਇਹਦਾ ਅਤੇ ਔਰ ਆਪਾਂ ਇਹਦਾ ਦੌਰਾ ਕਰਦੇ ਰਹਾਂਗੇ। ਜਿਹਨੇ ਮਾਸਕ ਨਹੀਂ ਪਾਇਆ ਉਹਦੇ ਨਾਲ ਸਖਤੀ ਨਾਲ ਪੇਸ਼ ਆਵਾਂਗੇ ਅਤੇ ਉਹਦੇ ਚਲਾਨ ਆਪਾਂ ਕੱਟਾਂਗੇ। ਸ਼ਹਿਰ ਦਾ ਮਾਹੌਲ ਵਧੀਆ ਇਸ ਟਾਈਮ, ਸਾਰੇ ਲੋਕ ਮਾਸਕ ਪਾਉਂਦੇ ਨੇ, ਠੀਕ ਹੈ। ਇਹ ਹੈ ਵੀ ਜਿਹੜੇ ਪਿੰਡਾਂ ਪਿੰਡਾਂ ਦੇ ਲੋਕ ਆਉਂਦੇ ਨੇ ਪਿੰਡਾਂ ਦੇ, ਉਹ ਮਾਸਕ ਤਕਰੀਬਨ ਘੱਟ ਪਾਉਂਦੇ ਨੇ। ਆਪਾਂ ਉਹਨਾਂ ਨੂੰ ਵੀ ਸਮਝਾਈਦਾ ਕਿ ਜਦੋਂ ਤੁਸੀਂ ਬਾਜ਼ਾਰ ਆਉਣਾ ਹੈ, ਘਰੋਂ ਬਾਹਰ ਨਿਕਲਣਾ ਹੈ, ਮਾਸਕ ਦੇ ਬਿਨਾਂ ਨਹੀਂ ਨਿਕਲਣਾ ਹੈ। ਅਤੇ ਇਹੀ ਹੈ ਵੀ ਇੱਕ ਤਾਂ ਡਿਸਟੈਂਸ ਬਣਾ ਕੇ ਰੱਖੋ ਔਰ ਹੱਥ ਵਾਰ ਵਾਰ ਧੋਵੋ ਔਰ ਜ਼ਿਆਦਾ ਲੋਕਾਂ ਨਾਲ ਨਾ ਮਿਲ ਜੁਲ ਨਾ ਕਰੋ, ਹੱਥ ਨਾ ਮਿਲਾਓ। ਇਸ ਤੋਂ ਬਚਣ ਦਾ ਇੱਕੋ ਚਾਂਸ ਹੈ ਵੀ ਬਿਨਾਂ ਮਾਸਕ ਦੇ ਬਿਨਾਂ ਬੰਦਾ ਨਾ ਹੋਵੇ। ਬਸ ਜਦੋਂ ਘਰੋਂ ਬਾਹਰ ਨਿਕਲਣਾ ਹੈ, ਮਾਸਕ ਪਾ ਕੇ ਹੀ ਨਿਕਲਣਾ ਹੈ।